ਮੈਂ ਕਿਹਾ ਮੂੰਹ ਹੀ ਬਣਾ ਦਾ ਭਾਜੀ। ਹੁਣੀ ਹੁਣੀ ਬਹੁਤ ਦੁਖਦਾਈ ਘਟਨਾ ਵਾਪਰੀ ਆ ਯਾਰ ਹੇਮਕੁੰਡ ਸਾਹਿਬ। ਇਹ ਮਿਲਟਰੀ ਦਾ ਟਰੱਕ ਇੱਕ ਬੱਚੇ ਦੇ ਸਿਰ ਤੇ ਚੜ ਗਿਆ ਹਨੀ ਬੜੂ ਹੇਮਕੁੰਡ ਸਾਹਿਬ ਤੋਂ ਆ ਰਿਹਾ ਸੀਗਾ ਮੱਥਾ ਟੇਕ ਕੇ। ਆ ਹੁਣੀ ਚੜਿਆ ਇਹਦੇ ਪਿੱਛੇ ਸੀਗਾ ਮੈਂ, ਇਹ ਗੱਡੀ ਲੈ ਕੇ ਭੱਜਣ ਲੱਗੇ ਸੀਗੇ। ਇਹ ਹੁਣੀ ਆ ਕੇ ਅੱਗੇ ਰੋਕਿਆ, ਪਿੱਛੇ ਟਰੱਕ ਚੜਾ ਕੇ ਲੈ ਆਇਆ। ਉਹ ਮੋੜ ਤੋਂ ਬੱਚਾ ਤੁਰਿਆ, ਆਹ ਗੱਡੀ ਦੇ ਟਾਇਰ ਥੱਲੇ ਆਹ ਦੇਖੋ, ਆਹ ਟਾਇਰ ਦੇ ਥੱਲੇ ਖੂਨ ਲੱਗਿਆ ਵਾ, ਟਾਇਰ ਦੇ ਥੱਲੇ ਖੂਨ ਲੱਗਿਆ ਵਾ, ਮੇਰੀ ਗਲਤੀ ਨਹੀਂ ਹੈ, ਟਾਇਰ ਦੇ ਥੱਲੇ ਆਇਆ ਨਾ, ਗੱਡੀ ਨਹੀਂ ਰੋਕੀ ਉਧਰ ਸੇ, ਸਲਿਪ ਸਕਿਟ ਕਰਕੇ ਗਈ। ਮੈਂ ਇਹਨਾਂ ਦੇ ਪਿੱਛੇ ਸੀ, ਮੇਰੀ ਗੱਡੀ ਇਹਨਾਂ ਗੱਡੀ ਨਹੀਂ ਰੋਕੀ। ਦੇਖੋ ਇਹ ਦੇਸ਼ ਦੀ ਆਪਣੇ ਦੀ ਆਰਮੀ ਆ, ਆਪਣੇ ਦੇਸ਼ ਦੀ ਆਰਮੀ ਆ, ਬੱਚਾ ਟਾਇਰ ਥੱਲੇ ਮਰ ਗਿਆ, ਇਹਨਾਂ ਨੇ ਗੱਡੀ ਰੋਕ ਕੇ ਗੱਡੀ ਭਜਾ, ਸਿਰ ਫੁੱਟ ਗਿਆ ਬੱਚੇ ਦਾ, ਸੁਣ ਸਿਰ ਫੁੱਟ ਗਿਆ, ਇੱਥੇ ਬੱਚਾ ਪਿੱਛੇ ਮਰ ਗਿਆ। ਆਪਣੀ ਰੱਖਿਆ ਕਰੇਗੀ, ਦੇਖੋ ਇਹ ਆਪਣੀ ਰੱਖਿਆ ਕਰਨਗੇ, ਹੋ ਨਹੀਂ ਗਿਆ ਜੀ। ਆਪਕਾ ਰੋਕਨੇ ਕਾ ਫਰਜ਼ ਤੱਕ ਨਹੀਂ ਦਾ, ਆਪਕਾ ਰੋਕਨੇ ਕਾ ਫਰਜ਼ ਤੱਕ ਨਹੀਂ ਦਾ ਰੋਕਨੇ ਕਾ। ਜੇ ਹਮ ਨਾ ਰੋਕਤੇ, ਅਗਰ ਹਮ ਨਾ ਰੋਕਤੇ ਆਪਕੋ ਜਹਾਂ ਕੇ, ਆਪ ਕਹਾਂ ਰੁਕਤੇ ਥੇ, ਜਹਾਂ ਰੁਕਦੇ ਆਪ, ਜਹਾਂ ਹਮਨੇ ਰੋਕਾ ਆਪਕੋ ਆਗੇ। ਆਪ ਬੱਚਾ ਮਾਰ ਕੇ ਟਾਇਰ ਕੇ ਨੀਚੇ ਖੂਨ ਲਗਾ ਹੋਇਆ, ਅਭੀ ਬੱਚੇ ਦੇਖੋ ਖੂਨ ਲਾਇਆ, ਟਾਇਰ ਉੱਪਰ ਚੜਾ ਬੱਚੇ ਕੇ, ਬੱਚੇ ਦਾ ਟਾਇਰ ਚੜਿਆ ਸਿਰ ਜਮੀ, ਤੁਸੀਂ ਫਿੱਚਦਾ ਜਮੀ ਉਹਦਾ ਸਿਰ। ਫੋਟੋ ਲੈ ਲਓ, ਆਰਮੀ ਦਾ ਟਰੱਕ ਆ ਇਹ, ਪਿਛਲੇ ਮੋੜ ਤੇ ਨਾ ਬੱਚੇ ਨੂੰ ਕੁਚਲ ਕੇ ਆਇਆ, ਦੋ ਕਰਮਾਂ ਦੀ ਦੂਰ ਤੇ ਇਹਨੂੰ ਟਰੱਕ ਨੂੰ ਆ ਕੇ ਇੱਥੇ ਰੋਕਿਆ ਗਿਆ। ਆਹ ਦੇਖੋ ਆਹ ਟਰੱਕ ਆ ਜੀ, ਫਟਾਫਟ ਇਹਨਾਂ ਸ਼ੇਅਰ ਕਰ ਦਿਓ ਭਾਜੀ। ਇੱਥੇ ਹੇਮਕੁੰਡ ਸਾਹਿਬ ਤੋਂ ਇੱਕ ਪਰਿਵਾਰ ਸੀਗਾ, ਉਹ ਦਰਸ਼ਨ ਕਰਕੇ ਆ ਰਿਹਾ ਸੀਗਾ ਜੀ, ਤਰਨ ਤਾਰਨ ਜ਼ਿਲ੍ਹਾ, ਤਰਨ ਤਾਰਨ ਜ਼ਿਲ੍ਹੇ ਤੋਂ, ਹਾਂਜੀ ਸਰਹਾਲੀ, ਪਿੰਡ ਸਰਹਾਲੀ ਤੋਂ ਸੀਗਾ ਜੀ ਪਰਿਵਾਰ ਉਹ, ਹਾਂਜੀ ਤਰਸੇਮ ਸਿੰਘ, ਤਰਸੇਮ ਸਿੰਘ ਸਰਹਾਲੀ ਪਿੰਡ ਤਰਨ ਤਾਰਨ ਜ਼ਿਲ੍ਹਾ, ਤਰਸੇਮ ਸਿੰਘ ਤਰਸੇਮ ਸਿੰਘ ਦਾ ਬੇਟਾ, ਤਰਸੇਮ ਸਿੰਘ ਦਾ ਬੇਟਾ ਜੀ, ਛੋਟਾ ਜਿਹਾ ਉਹ ਹੈਗਾ, ਕਿੰਨੇ ਕੁ ਸਾਲ ਦਾ ਬੱਚਾ, 6-7 ਸਾਲ, ਹਾਂ 7-8 ਸਾਲ ਦਾ ਬੱਚਾ ਜੀ, ਉਹਦਾ ਸਿਰ ਫੁੱਟ ਗਿਆ ਜੀ। ਦੇਖੋ ਭਾਜੀ ਹੱਥਾ ਪਾਈ ਆਪਣੇ ਬੰਦੇ ਨਾਲ ਧੱਕਿਆ, ਹੱਥਾ ਪਾਈ ਕਰ ਰਹੇ ਨੇ ਨਾਲੇ ਫੌਜ, ਇੱਕ ਤਾਂ ਮੁੰਡਾ ਮਾਰਤਾ, ਇੱਕ ਹੱਥਾ ਪਾਈ ਕਰ ਰਹੇ ਨੇ, ਰੋਕ ਨੀ ਰਹੇ ਗੱਡੀ। ਹਾਂਜੀ ਸਾਰਿਆਂ ਨੂੰ ਬੇਨਤੀ ਆ ਵੀ ਭਾਜੀ ਇਹ ਵੀਡੀਓ ਸ਼ੇਅਰ ਕਰ ਦਿਓ ਅੱਗੇ ਪਤਾ ਲੱਗ ਸਕੇ, ਤਾਂ ਕਿ ਸਾਰਿਆਂ ਨੂੰ ਜੀ ਮੁੰਡਾ ਮਰ ਗਿਆ, ਤੁਸੀਂ ਗੱਡੀ ਰੋਕੀ ਆ, ਫਿਰ ਤੋਰੀ ਆ, ਮੈਂ ਤੁਹਾਡੇ ਪਿੱਛੇ ਆ ਰਿਹਾ ਯਾਰ, ਮੈਂ ਤੁਹਾਡੇ ਪਿੱਛੇ ਆ, ਮੇਰੀ ਵੀਡੀਓ ਬਣਾਈ ਦੀ ਉਹ ਤੇ ਲੱਗੀ, ਗੱਡੀ ਦਾ ਟਾਇਰਾਂ ਦੇ ਨਾਲ ਜਿਹੜਾ ਵੱਜਾ ਖੂਨ, ਭਾਜੀ ਮੈਂ ਵੀਡੀਓ ਬਣਾਈ ਦੀ ਸਾਰਾ ਨਾਲ, ਮੈਂ